ਤਰਨ ਤਾਰਨ ਵੈਟਰਨਰੀ ਹਸਪਤਾਲ ਦੇ ਵਿੱਚ ਕੁੱਤਿਆਂ ਦੀ ਫ੍ਰੀ ਮਿਲਣ ਵਾਲੀ ਦਵਾਈ ਨਹੀਂ ਮਿਲ ਰਹੀ ਹੈ। ਲੋਕਾਂ ਦੇ ਵਿੱਚ ਇਸ ਗੱਲ ਦਾ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਲੋਕਾਂ ਨੇ ਵੈਟਰਨਰੀ ਹਸਪਤਾਲ ਦੇ ਵਿੱਚ ਕੁੱਤਿਆਂ ਦੀਆਂ ਦਵਾਈਆਂ ਉਪਲਬਧ ਕਰਵਾਉਣ ਦੇ ਲਈ ਕਾਂਗਰਸ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਹੈ। ਸਰ ਤੁਸੀਂ ਜ਼ਿਲ੍ਹੇ ਦੇ ਕੀ ਜੋ ਡਿਪਟੀ ਡਾਇਰੈਕਟਰ ਐਨੀਮਲ ਕੰਟਰੋਲ। ਇੱਕ ਸਰ ਵੇਖਣ ਨੂੰ ਮਿਲਿਆ ਕਿ ਜਨਤਾ ਵਿੱਚ ਬੜੇ ਰੋਸ ਹੈਗਾ ਕਿ ਜਿਹੜੇ ਡੋਗਸ ਦੀ ਦਵਾਈਆਂ ਨੇ ਉਹ ਫ੍ਰੀ ਦਵਾਈਆਂ ਇੱਥੇ ਹੈਗੀਆਂ ਪਰ ਅਵੇਲੇਬਲ ਨਹੀਂ ਹੋ ਰਹੀਆਂ, ਕੀ ਤੁਹਾਡਾ ਮੰਨਣਾ ਜੀ? ਦਵਾਈਆਂ ਫ੍ਰੀ ਜਿਹੜੀਆਂ ਨੇ ਉਹ ਤਾਂ ਅਸੀਂ ਜ਼ਰੂਰ ਦਿੰਦੇ ਹਾਂ ਜੀ। ਅਸੀਂ ਵਕਤ ਤੋਂ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੀਆਂ ਦਵਾਈਆਂ ਸਾਡੇ ਕੋਲ ਨਹੀਂ ਹੁੰਦੀਆਂ ਉਹ ਮਜ਼ਬੂਰਨ ਸਾਨੂੰ ਮਤਲਬ ਵੀ ਉਹਨਾਂ ਨੂੰ ਲਿਖ ਕੇ ਬਾਹਰੋਂ ਮੰਗਾਉਣੀਆਂ ਪੈਂਦੀਆਂ ਨੇ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਰਕਾਰ ਤੋਂ ਵੱਧ ਦਵਾਈਆਂ ਆਉਣ ਤਾਂ ਕਿ ਅਸੀਂ ਇਹਨਾਂ ਦੀ ਸੇਵਾ ਕਰੀਏ, ਲੋਕਾਂ ਦੀ ਸੇਵਾ ਕਰੀਏ ਔਰ ਬੇਰੁਜ਼ਗਾਰਾਂ ਦੀ ਸੇਵਾ ਕਰੀਏ। ਅਤੇ ਸਰ ਔਰ ਮੇਨ ਚੀਜ਼ ਇੱਥੇ ਇੱਕ ਪ੍ਰੋਬਲਮ ਹੈਗੀ ਹੈ, ਡੋਗਸ ਜਿਹੜੇ ਆਉਂਦੇ ਆ ਸਰਜੀਕਲ ਸਪੈਸ਼ਲਿਸਟ ਦੀ ਪੋਸਟ ਆ ਉਹ ਖਾਲੀ ਪਈ ਹੈ। ਅਸੀਂ ਆਪਣੇ ਉੱਪਰ ਅਫਸਰਾਂ ਨੂੰ ਵੀ ਬੇਨਤੀ ਕੀਤੀ ਹੈ ਅਤੇ ਉਮੀਦ ਹੈ ਕਿ ਛੇਤੀ ਉਹ ਭਰ ਜਾਣਗੇ, ਨਵੇਂ ਡਾਕਟਰ ਭਰਤੀ ਹੋ ਰਹੇ ਆ, ਉਸ ਉਮੀਦ ਹੈ ਕਿ ਉਹ ਭਰ ਜਾਣੀ ਹੈ, ਫਿਰ ਅਸੀਂ ਲੋਕਾਂ ਦੀ ਹੋਰ ਬਿਹਤਰ ਢੰਗ ਨਾਲ ਸੇਵਾ ਕਰਾਂਗੇ। ਲੋਕਾਂ ਨੂੰ ਮਤਲਬ ਥੋੜ੍ਹਾ ਜਿਹਾ ਪਿੰਡਾਂ ਥਾਵਾਂ ਤੋਂ ਕਹਿ ਲਓ ਜਾਂ ਅਨਅਵੇਅਰਨੈਸ ਕਹਿ ਲਓ ਉਹਨਾਂ ਦੀ, ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ, ਫਿਰ ਵੀ ਉਹ ਕਈ ਵਾਰੀ ਵੈਸਣ ਲੱਗ ਜਾਂਦੇ, ਫਿਰ ਉਹਨਾਂ ਨੂੰ ਸਾਡੇ ਕੋਲ ਰਜਿਸਟਰ ਹੁੰਦੇ ਆ, ਉਹਨਾਂ ਦਾ ਦਿਖਾਉਂਦੇ ਆ ਕਿ ਸਰ ਆਹ ਸਾਡੇ ਕੋਲ ਮੈਡੀਸਨ ਅਵੇਲੇਬਲ ਨੇ ਅਤੇ ਇਹਨਾਂ ਮੈਡੀਸਨ 'ਚੋਂ ਇਸ ਜਾਨਵਰ ਦੇ ਟ੍ਰੀਟਮੈਂਟ ਲਈ ਇਹ ਨਹੀਂ ਯੂਜ਼ ਕੀਤੀ ਜਾ ਸਕਦੀਆਂ, ਉਹਨਾਂ ਨੂੰ ਸਮਝਾ ਦੇਈਦਾ। ਪਰ ਤੁਸੀਂ ਸਰ ਮੰਗ ਕਰਦੇ ਹੋ ਕਿ ਸਰਕਾਰ ਅਗਰ ਚਾਹੇ ਤਾਂ ਸਾਨੂੰ ਦਵਾਈਆਂ ਦੇਵੇ ਅਤੇ ਜਿਹੜੇ ਡੋਗਸ ਵਗੈਰਾ ਵਾ ਉਹਨਾਂ ਦਾ ਇਲਾਜ ਪ੍ਰੋਪਰ ਜਿਹੜਾ ਦਵਾਈ। ਬਿਲਕੁਲ ਸਰ, ਜਾਨਵਰਾਂ ਦਾ ਮਤਲਬ ਦਾਵਾ ਮੱਝਾਂ ਦੀਆਂ ਦਵਾਈਆਂ ਦੇ ਨਾਲ ਹੀ ਇਹ ਜ਼ਰੂਰ ਬੇਨਤੀ ਕਰਾਂਗੇ ਘੱਟੋ ਘੱਟ ਪੋਲੀਕਲੀਨਿਕ ਲੈਵਲ 'ਤੇ, ਕਿਉਂਕਿ ਪੋਲੀਕਲੀਨਿਕ 'ਚ ਓ ਪੀ ਡੀ ਜ਼ਿਆਦਾਤਰ ਪੈਟਸ ਦੀ ਹੁੰਦੀ, ਮਤਲਬ ਕੁੱਤਿਆਂ ਦੀ ਅਤੇ ਇਹਨਾਂ ਦੀ ਹੁੰਦੀ ਆ, ਅਤੇ ਇਸ ਲਈ ਅਸੀਂ ਤਾਂ ਜ਼ਰੂਰ ਬੇਨਤੀ ਕਰਾਂਗੇ ਕਿ ਮਤਲਬ ਕੁੱਤਿਆਂ ਦੀ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਪਸ਼ੂ ਪਾਲਕ ਉਹਦਾ ਫਾਇਦਾ ਲੈ ਸਕਣ ਜੀ। ਮੇਰਾ ਨਾਮ ਸਪਨਾ ਕੁਮਾਰੀ। ਤੁਸੀਂ ਕਿੱਥੇ ਆਏ ਜੋ? ਅਸੀਂ ਇੱਥੇ ਵੈਟਰਨਰੀ ਹੋਸਪਿਟਲ ਆਏ ਹਾਂ, ਇੱਥੇ ਡੋਗਸ ਦੀਆਂ ਦਵਾਈਆਂ ਮਤਲਬ ਡੋਗਸ ਨੂੰ ਦਿਖਾਉਣ ਆਏ ਹਾਂ ਅਤੇ ਉਹਨਾਂ ਦੀਆਂ ਦਵਾਈਆਂ ਜਿਹੜੀਆਂ ਨਾ ਡਾਕਟਰ ਨੇ ਲਿਖ ਕੇ ਦਿੱਤੀਆਂ ਉਹ ਸਾਨੂੰ ਸਾਰੀਆਂ ਬਾਹਰੋਂ ਲੈਣੀਆਂ ਪੈਣੀਆਂ ਵਾ ਅਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਹੜੇ ਵੀ ਡੋਗਸ ਹੈ ਘਰ ਦੇ ਵਿੱਚ ਰੱਖਦੇ ਜਾਂ ਵਾਰਾ ਵਾ ਉਹਨੂੰ ਕੋਈ ਵੀ ਗੱਲਬਾਤ ਹੋਵੇ ਅਤੇ ਦਵਾਈਆਂ ਸਾਨੂੰ ਇੱਥੋਂ ਫ੍ਰੀ ਮਿਲਣੀਆਂ ਚਾਹੀਦੀਆਂ ਨੇ। ਅਤੇ ਤੁਸੀਂ ਜੋ ਸਿਰਫ ਸਰਕਾਰੀ ਵੇਖਦੇ ਜਾਂਦੇ ਉੱਥੇ ਇਨਸਾਨਾਂ ਨੂੰ ਮੁਫਤ ਵਾ? ਹਾਂਜੀ, ਉੱਥੇ ਇਨਸਾਨਾਂ ਨੂੰ ਮੁਫਤ ਅਤੇ ਜਾਨਵਰਾਂ ਨੂੰ ਇੱਥੇ, ਫਿਰ ਬਾਹਰੋਂ ਦਵਾਈਆਂ ਅਸੀਂ ਮੁੱਲ ਲੈਂਦੇ ਹਾਂ, ਸਾਨੂੰ ਇਹੀ ਆ ਕਿ ਇਹ ਦਵਾਈਆਂ ਜਿਹੜੀਆਂ ਸਾਨੂੰ ਫ੍ਰੀ ਮਿਲਣੀਆਂ ਚਾਹੀਦੀਆਂ। ਗੁਰਪ੍ਰੀਤ ਸਿੰਘ ਜੀ, ਕਿਹੜੀ ਪਿੰਡ ਦਾ ਜੀ? ਪਿੰਡ ਮਾਸ਼ ਹੇਮਕੰਦ ਦੇ ਨਾਲ ਜੀ। ਅਤੇ ਕਿੱਥੇ ਪਹੁੰਚੇ ਸਰ ਤੁਸੀਂ? ਤਰਨ ਤਾਰਨ ਹੋਸਪਿਟਲ। ਕਿਹੜਾ ਹੋਸਪਿਟਲ ਹੈ? ਸਰਕਾਰੀ ਹੋਸਪਿਟਲ। ਡੋਗਸ? ਡੋਗਸ ਜੀ, ਡੋਗਸ। ਅਤੇ ਇੱਥੇ ਸਰ ਕੀ ਵੇਖਣ ਨੂੰ ਮਿਲਿਆ? ਅਤੇ ਦਵਾਈਆਂ ਦਵਾਈਆਂ ਲੋਕ ਦੱਸਦੇ ਆ ਕਿ ਨਹੀਂ ਕੋਈ ਮਿਲ ਗਈਆਂ ਡੋਗਸ ਦੀਆਂ, ਅਤੇ ਕਿਸ ਤਰ੍ਹਾਂ? ਹਾਂਜੀ, ਆਏ ਹਾਂ ਅਤੇ ਦਵਾਈ ਤਾਂ ਬਾਹਰੋਂ ਲੈਣੀ ਪੈਂਦੀ ਜੀ। ਅਸੀਂ ਤਾਂ ਵੀ ਹੁਣ ਜਿਵੇਂ ਕੈਪਟਨ ਸਰਕਾਰ ਆਈ ਆ ਅਤੇ ਜਿਵੇਂ ਜੈਂਟਸ ਦੀ ਦਵਾਈ ਸਰਕਾਰੀ ਹੋਸਪਿਟਲ ਤੋਂ ਮਿਲਦੀ ਹੈ ਅਤੇ ਡੋਗਸ ਦੀ ਦਵਾਈ ਵੀ ਸਰਕਾਰੀ ਹੋਸਪਿਟਲ ਤੋਂ ਮਿਲਣੀ ਚਾਹੀਦੀ, ਇਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਹੋ ਸਕੇ, ਇਹਨਾਂ ਦੀ ਮੌਤ ਦਾ ਕਾਰਨ ਬਣਦਾ ਜਿਹੜਾ ਦਵਾਈਆਂ ਨਹੀਂ ਠੀਕ ਢੰਗ ਨਾਲ ਮਿਲਦੀ। ਖਰਚਾ ਜੋ ਛੋਟੇ ਤੋਂ ਲੈ ਕੇ ਡੋਗਸ ਵੱਡੇ ਤੱਕ ਪਾ ਲਈਏ, ਪ੍ਰਾਈਵੇਟ ਖਰਚਾ 10-15 ਹਜ਼ਾਰ ਰੁਪਈਆ ਆ ਜਾਂਦਾ ਜੀ। ਇੰਜੈਕਸ਼ਨਾਂ ਲਵਾਉਣ 'ਤੇ ਸਾਨੂੰ ਇਲਜਾਨ ਲਿਆਉਣ 'ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ। ਅਸੀਂ ਹੁਣ 60 ਕਿਲੋਮੀਟਰ ਤੋਂ ਆਏ ਜੀ ਇੱਥੇ ਹੇਮਕਰ ਦੇ ਨਾਲ, ਮਾਛੀ ਜੀ ਪਿੰਡ 60 ਕਿਲੋਮੀਟਰ ਇੱਥੋਂ ਤਰਨ ਤਾਰਨ ਤੋਂ। ਅਤੇ ਕੀ ਤੁਹਾਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ, ਦਵਾਈਆਂ ਫ੍ਰੀ ਹੋਣੀ ਚਾਹੀਦੀ? ਅਸੀਂ ਦਵਾਈਆਂ ਫ੍ਰੀ ਹੋਣੀਆਂ, ਸਹੂਲਤਾਂ ਮਿਲਣੀਆਂ ਹੋਸਪਿਟਲੋਂ, ਜਿੱਦਾਂ ਕੈਪਟਨ ਸਰਕਾਰ ਆਈ ਉਹਨਾਂ ਤੋਂ ਇਹ ਮੰਗ ਕਰਦੇ ਹਾਂ ਵੀ ਸਰਕਾਰੀ ਹੋਸਪਿਟਲ ਤੋਂ ਸਾਰੀ ਸਹੂਲਤ ਮਿਲਣੀ ਚਾਹੀਦੀ। ਅਗਰ ਇਨਸਾਨਾਂ ਨੂੰ ਮੌਤ ਹੈਗੀ ਤਾਂ ਜਾਨਵਰਾਂ ਨੂੰ ਵੀ ਜ਼ਰੂਰੀ? ਹਾਂਜੀ, ਜਾਨਵਰ ਵੀ ਇਨਸਾਨਾਂ ਵਾਂਗੂ ਸਾਂਭੀ ਦੇ ਸ਼ੌਂਕ ਨਾਲ ਰੱਖੀ ਦੇ ਹੋਵੇ, ਉਹਨੂੰ ਤਾਂ ਰੱਖਿਆ ਨਹੀਂ ਜਾਂਦਾ ਜੀ। ਹਾਂਜੀ, ਬਾਹਰ ਵਾਰਾ ਤੋਂ ਤਾਂ ਬਥੇਰੇ ਤੁਰਬੇ, ਜਿਹੜੇ ਆਪਾਂ ਰੱਖਦੇ ਉਹ ਆਪਣੇ ਬੱਚਿਆਂ ਨੂੰ ਰੱਖੀਦਾ ਜੀ। ਕਿਹੜੇ ਪਿੰਡ ਆਏ? ਕਾਲੂ। ਅਤੇ ਕਿੱਥੇ ਪਹੁੰਚੇ ਭਾਅ ਜੀ? ਵੈਟਰਨਰੀ ਤਰਨ ਤਾਰਨ ਹਸਪਤਾਲ ਜੀ। ਅਤੇ ਇੱਥੋਂ ਦੀ ਕੀ ਸਹੂਲਤ ਹੈਗੀਆਂ ਵਾ ਜਾਨਵਰਾਂ ਵਾਸਤੇ ਮਿਲਦੀਆਂ ਵਾ? ਜੇ ਜਾਨਵਰ ਲੈ ਗਏ ਅਤੇ ਕੋਈ ਸਹੂਲਤ ਨਹੀਂ ਸਰਕਾਰੀ, ਅਤੇ ਬਾਹਰੋਂ ਪ੍ਰਾਈਵੇਟ ਹੀ ਸਫਾਈ ਲਿਆਉਣੀ ਪੈਂਦੀ ਆ, ਕਿਉਂਕਿ ਮੈਡ ਗਾਂਧੀ ਨੇ ਕਿਹਾ ਵੀ ਜਾਨਵਰਾਂ ਦਾ ਡੋਗ ਦਾ ਜਿਹੜਾ ਵਧੀਆ ਰੱਖਣਾ ਚਾਹੀਦਾ ਖਿਆਲ, ਅਤੇ ਬੱਚੇ ਜਿਹੜਾ ਬੰਦਿਆਂ ਨੂੰ ਸਹੂਲਤ ਮਿਲਦੀ ਹੈ ਤਾਂ ਇਹਨਾਂ ਨੂੰ ਸਰਕਾਰੀ ਸਹੂਲਤ ਮਿਲਣੀ ਚਾਹੀਦੀ ਹੈ ਜਾਨਵਰਾਂ ਨੂੰ। ਅਤੇ ਤੁਹਾਡੇ ਕਿਤੇ ਕੋਈ ਪੈਸੇ ਹੁਣ ਤੱਕ ਲੱਗ ਗਏ? ਹੁਣ ਅੱਜ 700 ਰੁਪਈਆ ਲੱਗ ਗਿਆ। ਅੱਛਾ, ਅਤੇ ਕਿੰਨੇ ਦਿਨ ਦਾ ਇਹ ਪਰਪਲ ਦੱਸੋ ਜੀ? ਇਹ ਪਤਾ ਨਹੀਂ, 3 ਦਿਨ ਹੋ ਗਿਆ ਜੀ। 3 ਦਿਨ ਹੋ ਗਏ? ਹਾਂਜੀ। ਅਤੇ ਕਾਫੀ ਤੁਹਾਡੇ ਮਤਲਬ ਖਰਚਾ ਹੋ ਰਿਹਾ? ਹਾਂਜੀ, ਕਾਫੀ ਖਰਚਾ ਹੋ ਰਿਹਾ। ਇਹਦੇ ਪਹਿਲੇ ਵੀ ਇਹਨਾਂ ਦਾ ਇੱਥੇ ਬੰਦਿਆਂ ਦਾ ਸਹੂਲਤ, ਇਹਨਾਂ ਨੂੰ ਜਾਨਵਰਾਂ ਨੂੰ ਸਰਕਾਰੀ ਸਹੂਲਤ ਦਿੱਤੀ ਜਾਵੇ, ਕਿਉਂਕਿ ਸਾਡਾ ਜਿਹੜਾ ਖਰਚਾ ਉਹ ਬਚਾਇਆ ਜਾ ਸਕੇ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।